ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੰਦ ਦੇਖ ਰਹੇ ਦਰਸ਼ਕਾਂ ਦਾ ਜੀ ਦਾਸ ਗੁਰਪ੍ਰੀਤ ਸਿੰਘ ਕੋਈ ਸਵਾਗਤ ਕਰਦਾ। ਸਿੱਧੀ ਗੱਲ ਪ੍ਰੋਗਰਾਮ ਦੇ ਵਿੱਚ ਸੰਗਤ ਜੀ, ਸ਼੍ਰੀਨਗਰ ਦਾ ਇੱਕ ਕੇਸ ਲੈ ਕੇ ਆਪ ਜੀ ਦੇ ਅੱਗੇ ਹਾਜ਼ਰ ਹੈਗੇ ਆ ਜੀ ਕਿ ਸ਼੍ਰੀਨਗਰ ਦੇ ਵਿੱਚ ਇੱਕ ਵੀਡੀਓ ਜੋ ਕਿ ਵਾਇਰਲ ਹੋਈ, ਜਿਹਦੇ ਵਿੱਚ ਸ਼੍ਰੀਨਗਰ ਦੇ ਵਿੱਚ ਇੱਕ ਸਿੱਖ ਵੀਰ ਨੂੰ ਜਿਹੜਾ ਹੈਗਾ ਪੁਲਿਸ ਵੱਲੋਂ, ਉਧਰ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਸੀੜੀਆਂ ਤੋਂ ਧੱਕੇ ਦੇ ਕੇ ਕਿਸੇ ਬਿਲਡਿੰਗ ਚੋਂ ਬਾਹਰ ਕੱਢਿਆ ਜਾ ਰਿਹਾ, ਉਹਦੇ ਨਾਲ ਜ਼ਿਆਦਤੀ ਕੀਤੀ ਜਾ ਰਹੀ ਹੈ। ਕੀ ਉਹ ਮਾਮਲਾ ਹੈਗਾ, ਕੀ ਉਹ ਉਹਦੇ ਉੱਪਰ ਕੀ ਅਪਡੇਟ ਹੈਗੀ ਹੈ, ਉਹ ਸਾਰੀ ਅਸੀਂ ਅਪਡੇਟ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲੇ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਕਿ ਕਿਹੜੀ ਉਹ ਵੀਡੀਓਜ਼ ਹੈਗੀ ਹੈ, ਕੀ ਉਹ ਮਾਮਲਾ ਹੈਗਾ, ਉਹ ਸਾਰੇ ਵੀਡੀਓਜ਼ ਜਿਹੜੀ ਹੈ ਤਕਰੀਬਨ 4-5 ਮਿੰਟ ਦੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ। ਉਸ ਤੋਂ ਬਾਅਦ ਤੁਹਾਨੂੰ ਅਸੀਂ ਜੋੜਾਂਗੇ ਉਹਨਾਂ ਵੀਰਾਂ ਦੇ ਨਾਲ, ਉਹਨਾਂ ਨਾਲ ਫੋਨ ਲਾਈਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਹ ਮਾਮਲਾ ਹੋਇਆ ਸੀ। ਜੀ ਸੰਗਤ ਜੀ, ਇਸ ਟਾਈਮ ਸਾਡੇ ਨਾਲ ਪ੍ਰੋਫੈਸਰ ਸੁਰਿੰਦਰ ਸਿੰਘ ਬਾਲੀ ਸਾਹਿਬ ਜੁੜ ਚੁੱਕੇ ਨੇ, ਜੋ ਕਿ ਸ਼੍ਰੀਨਗਰ ਦੇ ਐਸੇ ਕੇਸ ਦੇ ਜੋ ਵਿਕਟਿਮ ਹੈਗੇ ਨੇ, ਹੋਰ ਉਹਨਾਂ ਦੇ ਬੇਟੇ ਨੂੰ ਵੀ ਜਿਹੜਾ ਹੈਗਾ ਬੜਨਾ, ਉਹਨਾਂ ਨਾਲ ਕਾਫੀ ਜ਼ਿਆਦਤੀ ਕੀਤੀ ਸੀ, ਉਹਨਾਂ ਨਾਲ ਵੀ ਜ਼ਿਆਦਤੀ ਕੀਤੀ ਗਈ ਸੀਗੀ, ਔਰ ਉਹਨਾਂ ਦੇ ਪਰਿਵਾਰ ਦੇ ਨਾਲ ਕਾਫੀ ਜ਼ਿਆਦਤੀ ਕੀਤੀ ਗਈ ਸੀ। ਪ੍ਰੋਫੈਸਰ ਸਾਹਿਬ, ਆਪ ਜੀ ਦਾ ਸਵਾਗਤ ਕਰਦੇ ਹਾਂ ਅਕਾਲ ਚੈਨਲ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕੀ ਫਤਿਹ। ਜੀ ਇਹ ਕੀ ਇਹ ਮਾਮਲਾ ਹੈਗਾ ਕਿ ਕਿਉਂ ਜ਼ਿਆਦਤੀ ਹੋ ਰਹੀ ਹੈ, ਕਿਹੜੇ ਆਪਣੇ ਹੱਕ ਲੈਣ ਵਾਸਤੇ ਤੁਸੀਂ ਉੱਥੇ ਗਏ ਸੀਗੇ? ਜੀ 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 ਸਰ, ਇਸ ਤਰ੍ਹਾਂ ਦੀ ਹੈ ਕਿ ਜਦੋਂ ਕਸ਼ਮੀਰ ਦੇ ਹਾਲਾਤ ਖਰਾਬ ਹੋ ਗਏ ਤੇ ਕੁਛ ਫੈਮਿਲੀ ਜਿਹੜੇ ਨੇ ਸ੍ਰੀਨਗਰ ਤੋਂ ਮਾਈਗ੍ਰੇਸ਼ਨ ਕਰਕੇ ਜੰਮੂ ਚਲੇ ਗਈ। ਠੀਕ ਹੈ। ਇਸ ਤਰ੍ਹਾਂ ਦੀ ਪੰਡਿਤ ਗਏ ਨੇ, ਇਸੇ ਤਰ੍ਹਾਂ ਕੁਝ ਸਾਡੀਆਂ ਫੈਮਿਲੀਆਂ ਜਿਹੜੀ ਸਫਰ ਹੋਈਆਂ ਨੇ ਇੱਥੇ, ਕਈ ਸ਼ਹੀਦੀਆਂ ਹੋਈਆਂ ਨੇ ਸਾਡੀਆਂ ਪਰਿਵਾਰਾਂ ਵਿੱਚ ਵੀ, ਇਸ ਤਰ੍ਹਾਂ ਗੋਲੀ ਚ ਮਾਰੇ ਗਏ, ਕਈ ਇਨਕਾਊਂਟਰ ਚ ਮਾਰੇ ਗਏ, ਕੁਝ ਫੈਮਿਲੀ ਸਾਡੀਆਂ ਜੰਮੂ ਸ਼ਿਫਟ ਕਰ ਗਈਆਂ ਔਰ ਉਹ ਰਜਿਸਟਰਡ ਮਾਈਗਰੈਂਟ ਨੇ ਉੱਥੇ ਦੀ ਆ, ਉਹ ਸਾਰੇ ਹੱਕ ਜਿਹੜੇ ਪੰਡਿਤਾਂ ਨੂੰ ਨੇ ਉਹ ਉਹਨਾਂ ਨੂੰ ਵੀ ਮਿਲ ਰਹੇ ਨੇ। ਹੁਣ ਹੁਣ ਸਾਡੇ ਕੁਛ ਬੱਚੇ 2010 ਵਿੱਚ ਇੱਕ ਪ੍ਰਾਈਮ ਮਿਨਿਸਟਰ ਦੀ ਉਹ ਯੋਜਨਾ ਨਿਕਲੀ ਸੀ ਜਿਹਦੀ ਵਿੱਚ ਇੰਪਲਾਈਮੈਂਟ ਹੋਈ ਕੋਈ 1400-1500 ਬੱਚਿਆਂ ਦੀ, ਜਿਹਦੇ ਵਿੱਚ ਸਾਡੇ ਸਰਦਾਰ ਬੱਚੇ ਵੀ ਕੋਈ 15-20 ਦੀ ਗਿਣਤੀ ਵਿੱਚ ਆ ਗਏ। ਕਿਉਂਕਿ ਹਾਂਜੀ, ਕਿਉਂਕਿ ਇੱਕ ਇਹਨਾਂ ਦੀ ਕੈਟਾਗਰੀ ਕੱਢੀ ਸੀ ਜਿਹਨੂੰ ਅਸੀਂ ਕਹਿੰਦੇ ਹਾਂ ਰਿਮੋਟ ਏਰੀਆਜ਼ ਤੋਂ ਬੈਕਵਰਡ, ਉਸ ਵਿੱਚ ਸਾਡੇ ਕੁਝ ਬੱਚੇ ਆ ਗਏ ਤੇ ਉਹਨਾਂ ਨੂੰ ਜੋਬ ਮਿਲੀ ਹੈ।
ਠੀਕ ਹੈ ਤੇ ਇਹਨਾਂ ਦੀ ਪੋਸਟਿੰਗ ਸ੍ਰੀਨਗਰ ਆ ਗਈ। ਓਕੇ ਇਹ ਲੱਗੇ ਹੀ ਸੀ ਬੇਸ ਨੇ ਕਿ ਨਹੀਂ ਤੁਸੀਂ ਸ੍ਰੀਨਗਰ ਵਾਪਸ ਜਾਣਾ ਹੈ, ਉੱਥੇ ਜਾ ਕੇ ਤੁਸਾਂ ਨੇ ਜੋਬ ਕਰਨੇ ਨੇ। ਤੋ ਸਰ ਸਾਡੇ ਬੱਚੇ ਇੱਥੇ ਆ ਗਏ 2010 ਤੋਂ, ਇੱਥੇ ਕੁਛ ਕੁਆਟਰ ਬਣਾਏ ਫਿਰ ਗੌਰਮੈਂਟ ਨੇ ਨਾ, ਗੌਰਮੈਂਟ ਨੇ ਕੁਛ ਰੈਜੀਡੈਂਸ਼ੀਅਲ ਕੁਆਟਰ ਬਣਾਏ ਇਹਨਾਂ ਬੱਚਿਆਂ ਲਈ, ਇਹਨਾਂ ਫੈਮਿਲੀ ਲਈ ਜਿਹੜੇ ਇੱਥੇ ਜੋਬ ਕਰਨਗੇ। ਇੱਕ ਸਿਕਿਓਰ ਜ਼ੋਨ ਬਣਾਇਆ ਸ਼ੇਖਾਪੁਰਾ ਡਿਸਟ੍ਰਿਕਟ ਬਡਗਾਮ ਦੇ ਵਿੱਚ ਅਲਾਟਮੈਂਟ ਹੋਈ ਤੇ ਉੱਥੇ ਕੁਛ ਕੁਆਟਰ ਬਣੇ 300-400 ਦੇ ਕਰੀਬ, ਪਰ ਇੰਪਲਾਈ ਜ਼ਿਆਦਾ ਸਨ, ਇੰਪਲਾਈ ਬਹੁਤ ਸਨ ਤੇ ਉੱਥੇ ਕੋਈ ਇਹਨਾਂ ਨੇ ਕੋਈ ਐਸਾ ਰੂਲ ਹੀ ਨਹੀਂ ਅਪਲਾਈ ਕੀਤਾ ਕਿ ਚਲੋ ਅਸੀਂ ਪਹਿਲੇ 2010 ਵਾਲਿਆਂ ਨੂੰ ਦੇਵਾਂਗੇ, 11 ਵਾਲਿਆਂ ਨੂੰ ਦੇਵਾਂਗੇ। ਤੇ ਤੁਸੀਂ ਇਸ ਤਰ੍ਹਾਂ ਦੀ ਇਹਨਾਂ ਨੇ ਕੀਤਾ, ਪਹਿਲਾਂ ਸ਼ੇਅਰਿੰਗ ਤੇ ਰੱਖ ਲਏ, ਕੁਛ ਦੋ ਦੋ ਤਿੰਨ ਤਿੰਨ ਫੈਮਿਲੀ ਇੱਕੋ ਕੁਆਟਰ ਚ ਪਾ ਲਈਆਂ, ਬੱਚੇ ਜਿਹੜੇ ਅਨਮੈਰਿਡ ਸਨ, ਤੇ ਉਸ ਤੋਂ ਬਾਅਦ ਫਿਰ ਨਾਲ ਹੀ ਨਾਲ ਹੋਰ ਕੰਸਟਰਕਸ਼ਨ ਸ਼ੁਰੂ ਹੋ ਗਈਆਂ। ਠੀਕ ਹੈ, ਇਹ ਪਿਛਲੇ ਇੱਕ ਸਾਲ ਤੋਂ ਇਹ ਦੋ ਨਵੇਂ ਬਲਾਕ ਬਣ ਗਏ, 16-16 ਕੁਆਟਰ ਦੇ, 32 ਕੁਆਟਰ ਬਣ ਗਏ। ਹਾਂਜੀ, ਇੱਕ ਅਜੇ ਕੰਪਲੀਟ ਵੀ ਨਹੀਂ ਸੀ ਹੋਇਆ, ਕੋਈ ਉਹਦਾ ਜੇ 30% ਕੰਮ ਬਕਾਇਆ ਸੀ, ਇਹ ਪੰਡਿਤ ਕਮਿਊਨਿਟੀ ਦੇ ਇਹਨਾਂ ਨੇ ਮੁਲਾਜ਼ਮ ਨੇ ਕੀ ਕੀਤਾ, ਜਾ ਕੇ ਜ਼ਬਰਦਸਤੀ ਉਸ ਵਿੱਚ ਜਾ ਕੇ ਉਹਨਾਂ ਨੇ ਆਪਣਾ ਸਮਾਨ ਪਾ ਦਿੱਤਾ, ਆਪਣੀਆਂ ਫੈਮਿਲੀਆਂ ਲੈ ਗਏ, ਤੇ ਉਹਨਾਂ ਨੂੰ ਅੱਜ ਤੱਕ ਕਿਸੇ ਨੇ ਨਹੀਂ ਕੱਢਿਆ ਇਲੀਗਲੀ। ਕੋਈ ਉਹਨਾਂ ਨੇ ਰਿਲੀਫ ਕਮਿਸ਼ਨਰ ਨੇ ਕੋਈ ਅਪੋਇੰਟਮੈਂਟ ਨਹੀਂ ਕੀਤੀ, ਕੁਝ ਨਹੀਂ ਕੀਤਾ, ਅਲਾਟਮੈਂਟ ਨਹੀਂ ਹੋਈ, ਉਹ ਆਪਣੇ ਆਪ ਹੀ ਜ਼ਬਰਦਸਤੀ ਜਾ ਕੇ ਉਹਦੇ ਵਿੱਚ ਪੈ ਗਏ, ਅਜੇ ਤੱਕ ਉੱਥੇ ਰਹਿ ਰਹੇ ਨੇ। ਕੋਈ ਉਹਨਾਂ ਦੇ ਖਿਲਾਫ਼ FIR ਨਹੀਂ ਹੈ, ਕੋਈ ਲਾ, ਕੋਈ ਮਸਲਾ ਹੀ ਨਹੀਂ ਹੋਇਆ, ਕਿਉਂਕਿ ਉਹ ਸਾਰੇ ਹੀ ਇਸੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਸਨ। ਸਰਦਾਰ ਵਿੱਚ ਕੋਈ ਵੀ ਨਹੀਂ ਆਇਆ, ਕੋਈ ਇੱਕ ਅੱਧਾ ਸਰਦਾਰ ਹੋ ਸਕਦਾ ਪੋਸੀਬਲ। ਹੁਣ ਇਹ ਦੂਜੇ ਕੁਆਟਰ ਬਣ ਰਿਹਾ 16 ਫਲੈਟਾਂ ਦਾ, ਇਹਦੇ ਵਿੱਚ ਵੀ ਇਹੀ ਸੀ ਕਿ ਬਾਈ ਥੋੜਾ ਜਿਹਾ ਤਿਆਰ ਹੋਏਗਾ ਤੇ ਕਮਿਊਨਿਟੀ ਦੇ ਲੋਕ ਜਾ ਕੇ ਸਾਰੇ ਉਹਨੂੰ ਇਸੀ ਤਰ੍ਹਾਂ ਆਕੂਪਾਈ ਕਰ ਲੈਣ, ਜਿਹੜੇ ਉਹਨਾਂ ਨੇ ਸਿਲਸਿਲਾ ਬਣਾ ਲਿਆ। ਠੀਕ ਹੈ, ਤੇ ਅਸੀਂ ਵੀ ਤਿਆਰ ਸਾਂ ਕਿ ਬਾਈ ਠੀਕ ਹੈ, ਸਾਡੇ ਨਾਲ ਵੀ ਬੇਇਨਸਾਫੀ, ਸਾਡੇ ਬੱਚੇ ਕਿਉਂ ਨਾ ਜਾਣ, ਅਗਰ ਆਕੂਪਾਈ ਕਰ ਸਕਦੇ ਨੇ ਅਸੀਂ ਵੀ ਕਰਾਂਗੇ। ਹਾਂਜੀ ਜੀ ਜੀ, ਬਿਲਕੁਲ ਇਸੇ ਪੈਟਰਨ ਤੇ ਸਾਡੇ ਕੋਲ ਬੱਚੇ ਨੇ ਪਹਿਲਾਂ ਦੇਖਣਗੇ ਕਿ ਪ੍ਰੋਗਰੈਸ ਕੀ ਹੈ, ਕਿੱਥੇ ਤੱਕ ਪਹੁੰਚੇ ਨੇ, ਅਜੇ ਉਹਨਾਂ ਨੇ ਖਿੜਕੀਆਂ ਨਹੀਂ ਲੱਗੀਆਂ, ਦਰਵਾਜ਼ੇ ਨਹੀਂ ਲੱਗੀਆਂ, ਟਾਈਲਾਂ ਪੂਰੀਆਂ ਨਹੀਂ ਲੱਗੀਆਂ ਹੋਈਆਂ, 40% ਕੰਮ ਜਿਹੜਾ ਅਜੇ ਨਹੀਂ ਹੋ ਰਿਹਾ। ਅੱਛਾ, ਤੇ ਸਾਨੂੰ ਸੂ ਲੱਗੀ ਕਿ ਇਹ ਉਹਨੇ ਅੱਜ ਜਾ ਕੇ ਉੱਥੇ ਇਹਨਾਂ ਨੇ ਕਬਜ਼ਾ ਕਰ ਲੈਣਾ ਹੈ, ਜਿਹੜੀ ਅੰਦਰ ਫੈਮਿਲੀਆਂ ਆ ਰਹੀਆਂ ਨੇ ਸ਼ੇਅਰਿੰਗ ਤੇ। ਤੇ ਨਹੀਂ, ਇਹਨਾਂ ਬੱਚਿਆਂ ਨੂੰ ਕਿਹਾ ਮੈਂ ਕਿ ਜਾ ਕੇ ਤੁਸੀਂ ਦੇਖੋ ਕਿਆ ਸਟੇਟਸ ਹੈ, ਕਿਆ ਬਣ ਸਕਦਾ, ਅਸੀਂ ਅਜੇ ਜਾ ਹੀ ਰਹੇ ਸਾਂ, ਇਹ ਆ ਕੇ ਪਿੱਛੋਂ ਆ ਕੇ ਇਹਨਾਂ ਨੇ ਜਿਹੜੇ ਘੱਟੋ ਘੱਟ 300 ਦੇ ਕਰੀਬ ਇਹ ਰਹਿ ਰਹੇ ਨੇ, ਤੇ ਸਾਡੀ ਸਰਦਾਰ ਸਾਹਿਬ ਦੀ ਕੋਈ 10-12 ਨੇ ਜਿਹੜੇ ਆਲਰੇਡੀ ਉੱਥੇ ਲੀਗਲੀ ਰਹਿ ਰਹੇ ਨੇ। ਠੀਕ ਹੈ, ਜਿਹਨਾਂ ਨੂੰ ਅੱਜ ਜਿਹਨਾਂ ਨੂੰ ਅਲਾਟਮੈਂਟ ਹੋਈ ਹੈ। ਠੀਕ ਹੈ, ਸਾਡੇ ਜਿਵੇਂ ਸਾਡੇ ਬੱਚੇ ਗਏ ਤੇ ਸਾਰੇ ਪੰਡਿਤ ਆ ਗਏ ਲੈ ਕੇ, ਨਿਕਲੋ ਨਿਕਲੋ, ਇੱਕ ਹਮਾਰੇ ਹੈ ਫਲੈਟ ਹਮਾਰੇ ਹੈ, ਤੇ ਸਾਡੇ ਬੱਚੇ ਵੀ ਤਕਰੀਬਨ ਅੰਮ੍ਰਿਤਧਾਰੀ ਨੇ। ਹਾਂਜੀ, ਸਾਡੇ ਬੱਚੇ ਅੰਮ੍ਰਿਤਧਾਰੀ ਨੇ, ਸ਼ਸਤਰਧਾਰੀ ਨੇ, ਇਹਨਾਂ ਨੇ ਫਿਰ ਉਹਨੂੰ ਪੰਡਿਤਾਂ ਨੂੰ ਅੰਦਰ ਬਣਨ ਨਹੀਂ ਦਿੱਤਾ, ਇਹਨਾਂ ਨੇ 5-6 ਕਾਬੂ ਕਰ ਲਏ ਆਪਣੇ ਫਲੈਟ। ਓਕੇ ਜੀ ਜੀ, 5-6 ਸਾਡਾ ਹੋ ਗਿਆ। ਇੰਨੀ ਦੇਰ ਜਦੋਂ ਇਹਨਾਂ ਨੇ ਦੇਖਿਆ ਕਿ ਸਰਦਾਰਾਂ ਦਾ ਪਲੜਾ ਭਾਰੀ ਹੋ ਗਿਆ, ਇਹਨਾਂ ਨੇ ਪੁਲਿਸ ਵਗੈਰਾ ਐਡਮਿਨਿਸਟ੍ਰੇਸ਼ਨ ਨੂੰ ਕੰਟੈਕਟ ਕਰਕੇ ਪੁਲਿਸ ਬੁਲਾ ਲਈ। ਓਕੇ, ਤੇ ਅਸੀਂ ਪੂਰਾ ਰਜਿਸਟ ਕੀਤਾ, ਪੁਲਿਸ ਨੇ ਵੀ ਕੁਛ ਕੋਈ ਖਾਸ ਦਖਲ ਨਹੀਂ ਦਿੱਤਾ, ਸਾਡੇ ਕੋਲ ਥੋੜਾ ਜਿਹਾ ਰਾਈਟ ਸਾਡਾ ਬਣਦਾ ਹੀ ਸੀ ਕਿ ਇਲੀਗਲ ਤੇ ਨਹੀਂ ਸੀ, ਅਸੀਂ ਲੀਗਲੀ ਸਰ, ਬਾਕੀ ਦੇ ਸਨ। ਸੋ ਪੁਲਿਸ ਨੇ ਕੋਈ ਜ਼ਿਆਦਾ ਸਜ਼ਾ ਜ਼ਿਆਦੀ ਨਹੀਂ ਕੀਤੀ, ਪਰ ਐਂਡ ਤੇ ਜਦੋਂ ਐਡਮਿਨਿਸਟ੍ਰੇਸ਼ਨ ਨੇ ਕਿਹਾ ਨਹੀਂ ਜੀ, ਬਾਕੀ ਫਲੈਟ ਜਿਹੜੇ ਨੇ 7 ਫੈਮਲੀਆਂ ਸਾਡੀਆਂ ਸਨ ਤੇ 9 ਫੈਮਲੀਆਂ ਪਿੰਡਾਂ ਦੀਆਂ, ਉਹਨਾਂ ਨੇ ਵੀ ਆਕੂਪਾਈ ਕਰ ਲਿਆ, ਪੂਰੀ ਬਿਲਡਿੰਗ ਹੀ ਕੈਪਚਰ ਹੋ ਗਈ ਸਰ। ਠੀਕ ਹੈ ਜੀ ਜੀ, ਫਿਰ ਉਸ ਵਿੱਚ ਸਾਨੂੰ ਵੀ ਬਾਹਰ ਕੱਢਿਆ ਗਿਆ, ਤਾਂ ਅਸੀਂ ਉਹਨਾਂ ਨੂੰ ਪਹਿਲਾਂ ਬਾਹਰ ਕੱਢੋ, ਅਸੀਂ ਬਾਹਰ ਨਿਕਲਾਂਗੇ। ਫਿਰ ਅਸੀਂ ਰਜ਼ਾਮੰਦੀ ਨਾਲ ਹੀ ਤਕਰੀਬਨ ਬਾਹਰ ਨਿਕਲੇ, ਐਡਮਿਨਿਸਟ੍ਰੇਸ਼ਨ ਨੇ ਕਿਹਾ ਜੀ ਅਸੀਂ ਕਿਸੇ ਨੂੰ ਨਹੀਂ ਦੇਣਾ, ਅਸੀਂ ਇਹਨੂੰ ਲੀਗਲੀ ਕਰਾਂਗੇ, ਉਹਨਾਂ ਦੇ ਪ੍ਰੋਮਿਸ ਤੇ ਨਾ, ਉਹਨਾਂ ਦੇ ਵਾਅਦੇ ਤੇ ਬਿਲਡਿੰਗ ਸੀਜ਼ ਹੋ ਗਈ ਹੈ, ਅੱਗੇ ਫਰਦਰ ਕੀ ਹੋਏਗਾ ਇਹਦੇ ਬਾਰੇ ਸਾਨੂੰ ਅਜੇ ਕੁਝ ਵੀ ਪਤਾ ਨਹੀਂ ਹੈ, ਗੌਰਮੈਂਟ ਕੀ ਕਰ ਰਹੀ ਹੈ, ਕਿਸ ਤਰ੍ਹਾਂ ਦੀ ਹੋਏਗੀ। ਜਿਹੜੀ ਪਹਿਲੀ ਬਿਲਡਿੰਗ ਹੋਈ ਜੇ ਉਹਦੇ ਚ ਦੂਜੀ ਕਮਿਊਨਿਟੀ ਗਈ ਤੇ ਉਹਨੂੰ ਕਿਸੇ ਨੂੰ ਧੱਕਾ ਨਹੀਂ ਮਾਰਿਆ ਗਿਆ, ਕੋਈ ਫੋਟੋ ਨਹੀਂ ਉਹਨਾਂ ਦੇ ਆਈ, ਕੋਈ ਵਾਇਲੈਂਸ ਨਹੀਂ ਹੋਇਆ, ਇਹ ਸਿਰਫ ਬਿਕਾਜ਼ ਆਫ ਕਿਉਂਕਿ ਸਰਦਾਰ ਫੈਮਿਲੀਆਂ ਉੱਥੇ ਗਈਆਂ ਨੇ, ਇਸ ਕਰਕੇ ਸਾਡੇ ਨਾਲ ਧੱਕਾ ਮੁੱਕੀ ਕੀਤੀ ਗਈ। ਮੁਲਾਜ਼ਮਾਂ ਨੇ ਕਿਉਂਕਿ ਉਹ ਮੈਜੋਰਟੀ ਵੀ ਸਨ, 300 ਸਨ, ਸਾਡੇ ਕੋਈ 15-20 ਬੱਚੇ ਸਨ, ਸਾਡੇ 5-7 ਵੀ ਸਨ, ਜ਼ਿਆਦਾ ਵੀ ਨਹੀਂ ਸਨ, ਫਿਰ FIR ਲੌਂਚ ਕੀਤਾ। ਹੁਣ ਅਸੀਂ ਲੀਗਲੀ ਲੜ ਰਹੇ ਹਾਂ, ਜਦੋਂ ਸਾਡਾ ਹੱਕ ਬਣਦਾ ਹੈ ਅਸੀਂ ਮੂਵ ਕਰ ਰਹੇ ਹਾਂ। ਹਰ FIR ਕਿਹਦੇ ਖਿਲਾਫ ਹੋਈ ਜਾ ਰਹੇ ਹਾਂ, ਕਿਹਦੇ ਖਿਲਾਫ ਹੋਈ ਆ? ਅਸਾਂ ਨੇ ਕੀਤਾ ਜੀ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਜਿਨ੍ਹਾਂ ਨੇ ਸਾਡੇ ਤੱਕ ਬਾਜ਼ੀ ਕੀਤੀ, ਜਿਹੜੇ ਰਹਿ ਰਹੇ ਨੇ ਮੁਲਾਜ਼ਮ ਦੇ ਖਿਲਾਫ, ਹਾਂ, ਜਿਨ੍ਹਾਂ ਦੇ ਕੋਲ ਬਿਲਡਿੰਗ ਸੀ।
ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੁਹਾਡੀ ਹੁਣ ਕੀ ਮੰਗ ਹੈਗੀ ਹੈ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਤੁਹਾਡੀ ਕੀ ਸਰ ਮੰਗ ਹੈ? ਮੰਗ ਨਹੀਂ, ਸਾਡਾ ਇਹ ਹੱਕ ਹੈ ਕਿ ਸਾਡੇ ਜਿਹੜੇ ਬੱਚੇ ਨੇ ਹੋਰ ਇਹਨਾਂ ਨੂੰ ਦਿੱਤਾ 2010 ਦੇ ਬੱਚੇ ਨੇ ਜੀ ਸਾਡੇ। ਓਕੇ, ਹੁਣ ਪ੍ਰੈਜੈਂਟ ਪੋਜੀਸ਼ਨ ਇਹ ਹੈ ਕਿ ਉਸ ਉਹਨਾਂ ਕੁਆਟਰਾਂ ਦੇ ਵਿੱਚ 2016 ਦੇ ਵੀ ਰਹਿ ਰਹੇ ਨੇ, ਕੁਝ ਐਸੇ ਵੀ ਨੇ ਜਿਹਨਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈ, ਕੋਈ ਇੰਪਲਾਈ ਵੀ ਨਹੀਂ, ਇਸ ਪੈਕੇਜ ਵਿੱਚ ਵੀ ਨਹੀਂ ਆਉਂਦੇ ਨੇ। ਗੌਰਮੈਂਟ ਦੀ ਨਾਕਾਮਯਾਬੀ ਕੋ ਉਹਨਾਂ ਦਾ ਫੇਲੀਅਰ ਹੈ ਕਿ ਕੋਈ ਉਹਨਾਂ ਨੇ ਟ੍ਰਾਂਸਪੇਰੈਂਸੀ ਨਹੀਂ ਦੱਸੀ, ਕਿਸ ਦਾ ਹੱਕ ਬਣਦਾ ਕਿਸ ਦਾ ਨਹੀਂ ਬਣਦਾ, ਜੋ ਆ ਗਿਆ ਸੋ ਬਸ ਦੇ ਦਿੱਤਾ ਉਹਨਾਂ ਨੇ। ਠੀਕ ਠੀਕ ਤੇ ਅਸੀਂ ਇਹੀ ਅਸੀਂ ਹੱਕ ਦੀ ਲੜਾਈ ਲੜ ਰਹੇ ਹਾਂ ਸਰ। ਠੀਕ ਹੈ ਜੀ, ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੀ ਜੋ ਕਿ ਉੱਧਰ ਦੀ ਜਾਣਕਾਰੀ ਤੁਸੀਂ ਸਾਡੇ ਨਾਲ ਡਿਟੇਲ ਦੇ ਵਿੱਚ ਸ਼ੇਅਰ ਕੀਤੀ ਹੈਗੀ ਆ, ਔਰ ਉਮੀਦ ਕਰਦੇ ਹਾਂ ਕਿ ਜ਼ਰੂਰ ਦਰਸ਼ਕਾਂ ਨੂੰ ਕਿਉਂਕਿ ਜੋ ਵੀਡੀਓਜ਼ ਵਾਇਰਲ ਹੋਣੀ ਸੀ ਉਹਦੀ ਸਾਰੀ ਜਾਣਕਾਰੀ ਪਤਾ ਲੱਗੀ ਹੋਏਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਗੁਰਫਤਿਹ ਦੀ ਸਾਂਝ ਕਰਦੇ ਹਾਂ। ਆਪ ਜੀ ਬਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਇਹ ਗੱਲ ਸੁਣੀ ਹੈ, ਜਿੰਨੇ ਵੀ ਬਿਲਕੁਲ ਜੀ ਕਰੋਗੇ ਬਿਲਕੁਲ ਜੀ, ਇਹ ਅਕਾਲ ਚੈਨਲ ਦਾ ਫਰਜ਼ ਹੈਗਾ ਜੀ, ਇਹ ਅਕਾਲ ਚੈਨਲ ਦਾ ਫਰਜ਼ ਹੈ ਆਪਣੇ ਜਿੱਥੇ ਵਿਦੇਸ਼ ਦੇ ਤੁਹਾਡਾ ਚੈਨਲ ਮੇਰੇ ਹਾਂਜੀ ਮੇਰੇ ਤੁਸੀਂ ਮੈਂ ਅਕਾਲ ਚੈਨਲ ਨੂੰ ਦੇਖਣਾ, ਤੁਹਾਡੇ ਪ੍ਰੋਗਰਾਮ ਬਹੁਤ ਪਿਆਰੇ ਲੱਗਦੇ ਨੇ ਸਾਨੂੰ। ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਜ਼ਰੂਰ ਜੀ, ਇਸ ਮਸਲੇ ਤੇ ਕੋਈ ਵੀ ਤੁਹਾਨੂੰ ਜੇ ਅਕਾਲ ਚੈਨਲ ਦੀ ਸਹਾਇਤਾ ਦੀ ਲੋੜ ਹੋਏਗੀ ਜ਼ਰੂਰ ਅਸੀਂ ਹਰ ਬਹੁਤ ਤਰੀਕੇ ਦੀ ਬਹੁਤ ਸਹਾਇਤਾ ਕਰਾਂਗੇ ਆਪ ਜੀ ਨਾਲ। ਆਪ ਜੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਇਸ ਟਾਈਮ ਸਾਡੇ ਨਾਲ ਭੁਪਿੰਦਰ ਸਿੰਘ ਜੀ ਜੁੜ ਚੁੱਕੇ ਨੇ ਜਿਹੜੇ ਕਿ ਵਿਕਟਿਮ ਨੇ ਇਸ ਕੇਸ ਦੇ, ਸ਼੍ਰੀਨਗਰ ਦੇ ਹੋਰ ਜਿਨ੍ਹਾਂ ਦੇ ਨਾਲ ਜ਼ਿਆਦਤੀ ਹੋਈ ਸੀ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਗੁਰੂ ਫਤਿਹ ਦੇ ਸਾਂਝ ਕਰਦੇ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਭੁਪਿੰਦਰ ਸਿੰਘ ਜੀ, ਕੀ ਮਾਮਲਾ ਜੋ ਹੈਗਾ ਜਿਹਦੇ ਵਿੱਚ ਦੇਖਿਆ ਜਾ ਰਿਹਾ ਕਿ ਤੁਸੀਂ ਸੀੜੀਆਂ ਤੋਂ ਜਿਹੜਾ ਹੈਗਾ ਸਾਡੇ ਸਿੱਖ ਭਰਾ ਨੂੰ ਤੁਹਾਨੂੰ ਜਿਹੜਾ ਹੈਗਾ ਧੱਕੇ ਦੇ ਕੇ ਕੱਢਿਆ ਜਾ ਰਿਹਾ ਉਸ ਬਿਲਡਿੰਗ ਤੋਂ ਬਾਹਰ, ਔਰ ਇਹ ਕੀ ਮਾਮਲਾ ਹੈਗਾ ਜੀ? ਜੀ ਵੀਰ ਜੀ, ਮਾਮਲਾ ਇਸ ਤਰ੍ਹਾਂ ਦਾ ਸੀਗਾ ਕਿ ਇਹ ਜਿਹੜੇ ਫਲੈਟ ਸੀਗੇ ਜਿਨ੍ਹਾਂ ਵਿੱਚੋਂ ਸਾਡੀ ਸੱਤ ਸਰਦਾਰ ਫੈਮਿਲੀ ਨੂੰ ਕੱਢਿਆ ਜਾ ਰਿਹਾ ਸੀਗਾ, ਇਹ ਗਵਰਨਮੈਂਟ ਇੰਪਲੋਈਜ਼ ਦੇ ਫਲੈਟ ਸੀਗੇ। ਠੀਕ ਹੈ, ਸਾਰੇ ਸੱਤ ਫੈਮਿਲੀ ਜਿਹੜੀਆਂ ਨੇ ਗਵਰਨਮੈਂਟ ਇੰਪਲੋਈਜ਼ ਸੀਗੀ, 2010 ਤੋਂ ਜਿਹੜੀ ਅਪੁਆਇੰਟ ਹੋਈ ਨੇ। ਠੀਕ ਹੈ, ਗਵਰਨਮੈਂਟ ਦਾ ਇੱਕ ਫੈਸਲਾ ਸੀਗਾ ਕਿ 2010 ਇੰਪਲੋਈਜ਼ ਨੂੰ ਪਹਿਲੇ ਫਲੈਟ ਮਿਲਣਗੇ, ਉਸ ਤੋਂ ਬਾਅਦ 2011, 12, 13 ਈਅਰ ਵਾਈਜ਼ ਅਪੁਆਇੰਟਮੈਂਟ ਆਰਡਰ ਦੇ ਵਿੱਚ। ਓਕੇ, ਲੇਕਿਨ ਹੋਇਆ ਇੱਦਾਂ ਹੈ ਕਿ 14 ਵਾਲੇ, 18 ਵਾਲੇ, 16 ਵਾਲੇ ਵੀ ਫਲੈਟਸ ਵਿੱਚ ਰਹਿ ਰਹੇ ਨੇ ਤੇ 10 ਵਾਲੇ ਅੱਧੇ ਵੀ ਜਿਹੜੇ ਸਰਦਾਰ ਫੈਮਿਲੀਆਂ ਸੀਗੀਆਂ ਉਹ ਬਾਹਰ ਸੀਗੀਆਂ। ਓਕੇ, ਤੇ ਉਸੇ ਦੇ ਕਰਕੇ ਇੱਕ ਜਿਹੜੇ ਲਾਸਟ ਦੇ ਹੁਣ ਜਿਹੜੇ 16 ਫਲੈਟ ਬੱਚੇ ਸੀਗੇ ਸਰਦਾਰ ਫੈਮਿਲੀਆਂ ਜਿਹੜੀ ਸੀ ਸਾਡੀ, ਅਸੀਂ ਉਹਨਾਂ ਫਲੈਟਸ 'ਚ ਗਏ ਸੀਗੇ ਵੇਖਣ ਲਈ ਕਿ ਕਿੱਥੇ ਪ੍ਰੋਗਰੈਸ ਪਹੁੰਚੀ ਹੈ, ਕੀ ਚੱਲ ਰਿਹਾ ਹੈ। ਤੇ ਉਸੇ ਦੇ ਚੱਲਦੇ ਉੱਥੇ ਇੱਕ ਮਤਲਬ ਹਜੂਮ ਆ ਗਿਆ ਸੀਗਾ ਪੂਰਾ, ਕੋਈ 200-300 ਜਿਹੜੇ ਰੈਜੀਡੈਂਸ਼ੀਅਲ ਉੱਥੇ ਪੰਡਿਤ ਰਹਿੰਦੇ ਸੀਗੇ ਉਹਨਾਂ ਦਾ, ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਸਾਨੂੰ ਉਧਰੋਂ ਫਲੈਟ ਵਿੱਚੋਂ ਬਾਹਰ ਕੱਢਣ ਦੀ, ਤੇ ਉਸੇ ਦੇ ਦੌਰਾਨ ਹੱਥ ਹੱਥੀ ਹੋ ਗਈ ਸੀ। ਤੁਸੀਂ ਉੱਥੇ ਰਹਿੰਦੇ ਪਏ ਸੀਗੇ ਜਾਂ ਸਿਰਫ ਦੇਖਣ ਵਾਸਤੇ ਗਏ ਸੀਗੇ? ਨਹੀਂ ਜੀ, ਅਸੀਂ ਉਹ ਫਲੈਟ ਜਿਹੜੇ ਨੇ ਸਾਨੂੰ ਅਲੋਟ ਨਹੀਂ ਹੋਏ ਨੇ, ਲੇਕਿਨ ਅਸੀਂ ਉੱਥੇ ਦੇਖਣ ਵਾਸਤੇ ਗਏ ਸੀ ਕਿ ਕਿਸ ਕਿਸ ਤਰ੍ਹਾਂ ਦਾ ਸਿਸਟਮ ਹੈ, ਕਿੰਨਾ ਕੁ ਕੰਪਲੀਟ ਹੋਏ ਨੇ ਤੇ ਕਿੰਨੇ ਕੰਪਲੀਟ ਨਹੀਂ ਹੋਏ ਨੇ। ਠੀਕ ਹੈ, ਫਲੈਟ ਕਿਹੜੀ ਸਕੀਮ ਦੇ ਤਹਿਤ ਤੁਹਾਨੂੰ ਅਲੋਟ ਕੀਤੇ ਗਏ ਸੀਗੇ? ਪ੍ਰਾਈਮ ਮਿਨਿਸਟਰ ਸਪੈਸ਼ਲ ਪੈਕੇਜ ਦੇ ਅੰਦਰ ਜਿਹੜੇ ਵੀ ਮਾਈਗ੍ਰੈਂਟਸ ਜੋਬ ਲੱਗੇ ਸੀਗੇ ਉਹਨਾਂ ਸਾਰਿਆਂ ਨੂੰ ਇਹ ਅਕੋਮੋਡੇਸ਼ਨ ਗਵਰਨਮੈਂਟ ਦੀ ਤਰਫੋਂ ਮਿਲਣੀ ਸੀਗੀ। ਓਕੇ, ਜਿਹੜਾ ਸੀਨੀਓਰਿਟੀ ਵਾਈਜ਼ 2010-2011 ਈਅਰ ਆਫ ਅਪਾਇੰਟਮੈਂਟ ਵਿੱਚ ਇੱਥੇ ਮਿਲਣਾ ਸੀ। ਓਕੇ, ਤੇ ਲੇਕਿਨ ਉੱਥੇ ਨੈਕਸਸ ਇੱਦਾਂ ਦਾ ਚੱਲ ਰਿਹਾ ਸੀਗਾ ਕਿ ਕੋਈ ਵੀ ਜਾ ਕੇ ਕਬਜ਼ਾ ਕਰਕੇ ਉਹਨੂੰ ਮੰਨ ਲੈਂਦਾ ਤੇ ਫਿਰ ਉਹ ਉੱਥੇ ਹੀ ਰਹਿੰਦੇ ਨੇ। ਓਕੇ, ਉਸੇ ਦੇ ਚੱਲਦੇ ਜਿਹੜੀ ਇਹ ਸੱਤ ਫੈਮਿਲੀਆਂ ਸੀਗੀ ਇਹ ਉੱਧਰ ਗਈ ਸੀ ਦੇਖਣ ਕਿ ਕਿੱਥੇ ਪ੍ਰੋਗਰੈਸ ਪਹੁੰਚੀ ਹੈ, ਤੇ ਜਿਹੜੇ ਇਹ 16 ਫਲੈਟ ਨੇ ਇਹਨਾਂ ਵਿੱਚ ਵੀ ਸਾਡਾ ਨਾਂ ਆਏਗਾ ਜਾਂ ਨਹੀਂ ਆਏਗਾ। ਠੀਕ ਹੈ, ਕਿੰਨੀ ਫੈਮਿਲੀਆਂ ਗਈਆਂ ਸੀਗੀਆਂ ਉੱਥੇ? ਜੀ, ਸੱਤ ਸਰਦਾਰਾਂ ਦੀ ਫੈਮਿਲੀਆਂ ਸੀਗੀ। ਠੀਕ ਹੈ, ਤੇ ਉੱਥੇ ਇਸ ਤਰ੍ਹਾਂ ਮਾਹੌਲ ਖਰਾਬ ਕਿਉਂ ਹੋ ਗਿਆ, ਕੀ ਰੀਜ਼ਨ ਰਿਹਾ ਜੇ ਤੁਸੀਂ ਦੇਖਣ ਗਏ ਸੀਗੇ ਤੇ ਉੱਥੇ ਕੀ ਝਗੜਾ ਕਿਉਂ ਹੋ ਗਿਆ ਔਰ ਪੁਲਿਸ ਕਿਸ ਤਰ੍ਹਾਂ ਆ ਗਈ? ਬਿਲਕੁਲ ਬਿਲਕੁਲ, ਜਦੋਂ ਅਸੀਂ ਉਹ ਵੇਖਣ ਗਏ ਤੇ ਕੁਝ ਪੰਡਿਤ ਫੈਮਿਲੀਆਂ ਉਸੇ ਟਾਈਮ ਆਈਆਂ ਤੇ ਉਹਨਾਂ ਨੇ ਉਸ ਫਲੈਟ ਨੂੰ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਓਕੇ, ਜਿਹਦੇ ਚੱਲਦੇ ਅਸੀਂ ਵੀ ਫਲੈਟ ਦੇ ਵਿੱਚ ਵੜ ਗਏ ਤੇ ਸਾਡੀ ਉਹਨਾਂ ਦੇ ਨਾਲ ਬਹਿਸ ਹੋ ਗਈ ਕਿ ਤੁਸੀਂ ਜਾਂ ਅਸੀਂ ਦੋਵਾਂ ਵਿੱਚੋਂ ਕੋਈ ਵੀ ਫਲੈਟ ਵਿੱਚ ਕਿਉਂ ਰਹੇਗਾ ਜਦ ਤੱਕ ਗਵਰਨਮੈਂਟ ਨੂੰ ਅਲਾਟ ਨਹੀਂ ਕਰੇਗੀ। ਓਕੇ, ਉਹ ਉਹਨਾਂ ਦੀ ਸਪੋਰਟ ਲਈ ਜਿਹੜੇ ਬਾਕੀ ਵੀ ਉੱਥੇ ਅੰਦਰ ਰਹਿਣ ਵਾਲੇ ਲੋਕ ਸੀਗੇ ਉਹ ਸਾਰੇ ਆ ਗਏ ਸੀਗੇ, ਤੇ ਉਸੇ ਦੇ ਚੱਲਦੇ ਫਿਰ ਉਹ ਕਿਸੇ ਨੇ ਪੁਲਿਸ ਨੂੰ ਵੀ ਫੋਨ ਕਰਤਾ ਤੇ ਲਾਅ ਐਂਡ ਆਰਡਰ ਦਾ ਮਸਲਾ ਬਣਾ ਕੇ ਸਾਡੀ ਫੈਮਿਲੀ ਤੋਂ ਉਧਰੋਂ ਬਾਹਰ ਕੱਢ ਦਿੱਤਾ ਗਿਆ। ਠੀਕ ਹੈ ਠੀਕ ਹੈ ਠੀਕ ਹੈ, ਜੋ ਵੀਡੀਓ ਦੇ ਵਿੱਚ ਕਿਹਾ ਵੀ ਜਾ ਰਿਹਾ ਕਿ ਤੁਸੀਂ ਜਿਹੜਾ ਹੈਗਾ ਡਿਸੇਬਲ ਵੀ ਹੋ ਕੇ, ਤੋਂ ਕੀ ਇਹ ਗੱਲ ਠੀਕ ਹੈ? ਵੀਰ ਜੀ, ਉਹ ਸਾਡੇ ਇੱਕ ਹੋਰ ਬ੍ਰਦਰ ਨੇ ਵਿਕਰਮ ਸਿੰਘ ਜੀ, ਉਹਨਾਂ ਦੀ 75% ਡਿਸੇਬਿਲਿਟੀ ਹੈਗੀ, ਉਹਨਾਂ ਦੀ ਇੱਕ ਲੱਤ ਐਮਪਿਊਟੀ ਹੈਗੀ। ਓਕੇ, ਤੇ ਉਹ ਜਿਹੜੀ ਵੀਡੀਓ ਹੈਗੀ ਉਹਨਾਂ ਨੂੰ ਹੀ ਧੱਕੇ ਮਾਰ ਮਾਰ ਕੇ ਬਾਹਰ ਸੁੱਟਿਆ ਜਾ ਰਿਹਾ ਹੈ, ਜਿਹੜਾ ਤੁਸੀਂ ਦੇਖਿਆ ਸੀ ਕਿ ਪੌੜੀਆਂ ਦੇ ਵਿੱਚ। ਹਾਂਜੀ ਹਾਂਜੀ, ਹਾਂ ਉਹੀ ਵੀਰ ਨੇ ਜਿਹਨਾਂ ਦੀ ਇੱਕ ਲੱਤ ਜਿਹੜੀ ਹੈਗੀ ਉਹ ਐਮਪਿਊਟੀ ਹੈਗੀ।
ओके ठीक है ठीक है। ते उस तो बाद भी कि पुलिस ने उन्होंने नहीं दसा सीगा कि भई वो जड़े हैगे डिसेबल हैगे ने, फिर भी उन्होंने धक्के मार के पुलिस बाहर कढ़ रही है। जी, उस टाइम तो एक्चुअली लॉ एंड ऑर्डर सिचुएशन ऐसी सी कि पुलिस ने किसी ने भी नहीं बख्शा सीगा, जेडे थे लोकल सी उन्होंने भी किसी ने नहीं बख्शा सीगा, ते मतलब उस टाइम ते माहौल ते बहुत ही लड़ाई वाला सीगा। ओके ठीक है। ते की तानू लगदा कि जो उस तो बाद जिस तरीके उधर दे हजूम जड़ा आ गया सीगा, वो उन्होंने किस तरीके नाल कि उन्होंने भी ताड़े नाल इस तरीके बुरा सलूक किया सीगा? जी, जदों मोह बांधा है तो बिल्कुल बुरा सलूक तो होंगे ही है। उत्थे काफी लोग जड़े सी डंडे तलवारां ते पत्थर लैके आए सी सानू बाहर कढ़न लई, ठीक है। ते जिस चीज दे चलदे हल्की फुल्की जड़ी सी साडी उहनां नाल वी लड़ाई होई सी। ते की जड़े बाकी जड़े परिवार उत्थे रह रहे ने कि उन्हें वो फ्लैट्स अलॉटेड हो चुके ने या वो भी जी इस जी तरह नाजायज ही नहीं रह नहीं रहे नहीं ने? अद्धे अद्धे को फैमिलीज ने जिन्हां नूं फ्लैट अलॉटेड ने, अद्धी फैमिली ऐसी ने जिन्हां ने इलीगली उन्हूं ऑक्यूपाई कीता है, कुछ ऐसे ने जिहड़े इस स्कीम दे अंदर आंदे भी नहीं ने, ओह भी उत्थे रह रहे ने। ठीक है, यानी कि एक माफिया चलता पे ऊपर पूरा। बिल्कुल 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 जी। ठीक है, तो की कहना चाहोगे हुन ये मामला जड़ा हैगा किधर तक पहुंचा हैगा, इत्थे जो इहदे उपर की कोई FIR वगैरह दर्ज हुई है जिस तरीके ज्यादती की गई, क्यों बल्कि क्योंकि पुलिस वालों भी सारी ज्यादती की जा रही हैगी है और उत्थे काफी की पुलिस ने उस तो बाद कोई इस उपर कोई FIR रजिस्टर की है? नहीं, पुलिस के वालों उस तो बाद कोई कार्रवाई नहीं हुई है। डिस्ट्रिक्ट एडमिनिस्ट्रेशन ने उस बिल्डिंग को सीज कर लिया सी, ते अगे दा अजे कोई भी डिसीजन जड़ा है नहीं आया दा। ते जिहड़ी उम्मीद है कि शायद इस बारी डिस्ट्रिक्ट एडमिनिस्ट्रेशन प्रॉपर अलॉटमेंट करे, ओके लेकिन अगर पिछली बार नाल इस बारी भी कब्जा हो गया ते फिर तो जिहड़ी सरदारां दी फैमिली ने वो फिर तो बाहर ही रह जाएंगी। ठीक है ठीक है ठीक है ठीक है। परमिंदर सिंह जी ताड़ा बहुत बहुत धन्यवाद, तुम साढ़े नाल जुड़े हो, सारी जो की जानकारी तुम साझी की है। अकाल चन देख रहे दर्शकों राय कोई अपील तुम करना चाहोगे, संगतान को कोई मैसेज देना चाहोगे? नहीं जी, इसके विच की मैसेज दे सकांगे, बस यही है कि जिथे भी पग का सवाल आंदा है उसे पूरी कौम कट्ठी खड़ी होंगी है, तो वही कहांगे कि सपोर्ट करते रहन सारे ठीक है जी। ठीक है ठीक है। वीर भुपिंदर सिंह जी ताड़ा बहुत बहुत धन्यवाद जी, गुरु फतेह जी सांझ करते हैं जी। वाहिगुरु जी का खालसा वाहिगुरु जी की फतेह जी। वाहिगुरु जी का खालसा वाहिगुरु जी की फतेह। अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। बोला।